ਇੱਕ ਜਿਮ ਟ੍ਰੇਨਰ ਦੇ ਸਰੀਰ ਤੋਂ ਖਾਰ ਖਾ ਕੇ ਉਸਦੇ ਸਾਥੀਆਂ ਨੇ ਹੀ ਉਸਦੇ ਨਾਲ ਕੁੱਟਮਾਰ ਕੀਤੀ ਹੈ ਤੇ ਹੁਣ ਉਸ ਜਿਮ ਟ੍ਰੇਨਰ ਦੀ ਦਰਦਨਾਕ ਮੌਤ ਹੋ ਗਈ ਹੈ। ਕਿਹਾ ਜਾ ਰਿਹਾ ਕਿ ਜਦੋਂ ਇਹ ਕੁੱਟਮਾਰ ਕੀਤੀ ਗਈ ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਕਾਫੀ ਦਿਨ ਹਸਪਤਾਲ ਦੇ ਵਿੱਚ ਦਾਖਲ ਰਿਹਾ ਤੇ ਪਰ ਹੁਣ ਉਸਨੇ ਦਮ ਤੋੜ ਦਿੱਤਾ ਹੈ ਤਾਂ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ। ਕਿਹਾ ਜਾ ਰਿਹਾ ਕਿ ਜੋ ਜਿਮ ਟ੍ਰੇਨਰ ਸੀ ਉਸਦਾ ਨਾਮ ਹਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਤੇ ਉਸਦਾ ਸਰੀਰ ਇੰਨਾ ਕੁ ਵਧੀਆ ਸੀ ਕਿ ਉਸਦੇ ਨਾਲ ਹਰ ਕੋਈ ਫੋਟੋਆਂ ਖਿਚਵਾਉਂਦਾ ਸੀ ਪਰ ਉਸਦੇ ਸਾਥੀ ਉਸਦੀ ਇਸ ਗੱਲ ਤੋਂ ਕਾਫੀ ਜ਼ਿਆਦਾ ਸੜਦੇ ਸਨ ਤੇ ਉਹਨਾਂ ਨੇ ਖਾਰ ਖਾਂਦੇ ਹੋਏ ਉਸਨੂੰ ਕਿਤੇ ਦੂਰ ਲਿਜਾ ਕੇ ਉਸ ਨਾਲ ਪਹਿਲਾਂ ਤਾਂ ਕੁੱਟਮਾਰ ਕੀਤੀ। ਹਾਲਾਂਕਿ ਬਾਅਦ ਦੇ ਵਿੱਚ ਜਦੋਂ ਉਸਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਉੱਥੇ ਉਸਦੀ ਦਰਦਨਾਕ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਤਾਂ ਮਾਮਲਾ ਨਾਭੇ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਜਿਮ ਟ੍ਰੇਨਰ ਦੀ ਦਰਦਨਾਕ ਮੌਤ ਹੋਈ ਹੈ। ਕਿਹਾ ਜਾ ਰਿਹਾ ਕਿ ਉਸਦਾ ਸਰੀਰ ਕਾਫੀ ਜ਼ਿਆਦਾ ਵਧੀਆ ਬਣਿਆ ਹੋਇਆ ਸੀ, ਹਰ ਕੋਈ ਉਸਦੀ ਪ੍ਰਸ਼ੰਸਾ ਕਰਦਾ ਸੀ ਪਰ ਇਹ ਗੱਲ ਉਸਦੇ ਦੋਸਤਾਂ ਨੂੰ ਚੰਗੀ ਨਾ ਲੱਗੀ ਅਤੇ ਖਾਰ ਖਾਂਦੇ ਹੋਏ ਉਸਦੇ ਨਾਲ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਉਸਦੀ ਦਰਦਨਾਕ ਮੌਤ ਹੋ ਗਈ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਮੈਂ ਉਹਨਾਂ ਦੀ ਵਾਈਫ ਹਾਂ ਜਿਹੜਾ ਜਾਨੀ ਵਾਲਾ ਤਨਾ ਉਹਨੂੰ ਲਿਜਾ ਕੇ ਯਾਰ ਮਾਰ ਕਰੀ, ਉਹਦੇ ਨਾਲ ਚਾਰ ਪੰਜ ਬੰਦੇ ਹੋਰ ਸੀ, ਸੋਨੀ ਖੇੜੀ ਦਾ ਇੱਕ ਉਹ ਮੁੰਡਾ ਹੈਰੀ ਅਰਜਿੰਦਰ ਸਿਕੰਦਰ ਇਹ ਸਾਰੇ ਰਲ ਕੇ ਮਿਲ ਕੇ ਹਾਂ ਡੁੱਲੀ ਵੀ ਤੀ ਇਹਨਾਂ ਨੇ ਜਿਮ ਵਗੈਰਾ ਇਕੱਠੇ ਕਰਦੇ ਤੇ ਮੇਰੇ ਘਰ ਵਾਲੇ ਦੀ ਬਾਡੀ ਬਹੁਤ ਸੋਹਣੀ ਤੀ ਬਹੁਤ ਸੋਹਣਾ ਦੀ ਇਹਨਾਂ ਨੇ ਗੱਲਾਂ ਟੱਕਰ ਕੇ ਸਿਰ ਸਿਰ ਬੰਨਿਆ। ਲੜਾਈ ਦਾ ਕਾਰਨ ਨਾ ਜੀ ਸਾਨੂੰ ਨੀ ਪਤਾ ਬਸ ਹਾਂਜੀ ਅਮਰ ਜੀ ਪਟਿਆਲ ਪਹਿਲਾਂ ਅਰਜਿੰਦਰਾ ਚ ਪਹਿਲਾਂ ਨਾਭੇ ਉਰੇ ਫਿਰ ਅਰਜਿੰਦਰਾ ਚਲ ਗਏ ਜੀ। ਅਰਜਿੰਦਰਾ ਚੋਂ ਅਮਰ ਚ ਰੱਖਿਆ 8-10 ਦਿਨ ਕੋਈ ਰਿਸਪੌਂਸ ਨਹੀਂ ਕੁਛ ਨਹੀਂ ਉਹਨੇ ਬੋਲ ਕੇ ਉਂਗਲ ਵੀ ਨਹੀਂ ਹਿਲਾਈ ਉਹ ਆਈ ਜਾਣ ਦੇ ਗਿਆ। ਮੇਰੇ ਕੋਲ ਮੇਰੀ ਸਵੇਰੇ ਗੱਲ ਹੋਈ ਹੈ ਜੀ ਮੈਂ ਘਰੇ ਆ ਰਿਹਾ ਵੀ ਮੋਟੋ ਮੇਰੀ ਮੈਂ ਇੱਥੇ ਆ ਕੇ ਗੱਲ ਕਰੂ ਘਰੇ ਰੋਟੀ ਖਾ ਕੇ ਗਿਆ ਕੁਛ ਨਹੀਂ ਜੀ ਜਿੰਮ ਵਗੈਰਾ ਕਰਦਾ ਹਾਂਜੀ ਕੋਈ ਹੋਰ ਕੋਈ ਸੀ ਜੀ ਇਨਸਾਫ ਮੰਗਦੇ ਆ ਜਿਵੇਂ ਸਾਡੇ ਘਰ ਜਾੜੇ ਨੇ ਜਿਵੇਂ ਅਸੀਂ ਉੱਜੜੇ ਆ। ਉਹਦੇ ਨਾਲ ਖਾਰ ਖਾਂਦਾ ਸੀਗਾ ਉਹਨੂੰ ਕੋਈ ਪੁੱਛਦਾ ਨੀ ਸੀਗਾ, ਮੇਰੇ ਭਾਈ ਨੂੰ ਪੁੱਛਦੇ ਸੀ ਹੁਣ ਟੂਰਨਾਮੈਂਟ ਹੋਇਆ ਸੀਗਾ ਉੱਥੇ ਉਹ ਮੁੰਡੇ ਨੂੰ ਕੋਈ ਨਹੀਂ ਪੁੱਛ ਰਿਹਾ ਸੀਗਾ, ਬਸ ਉਹਦੇ ਕੋਲ ਉੱਠ ਕੇ ਗਿਆ ਪ੍ਰੀਤੀ ਨੂੰ ਠਾ ਕੇ ਲੈ ਕੇ ਗਏ ਨੇ ਉਹਦੇ ਕੋਲੇ ਬੈਠਾ ਸੀਗਾ ਫੋਟੋਆਂ ਕਰਾ ਰਿਹਾ ਸੀ ਉਹ ਬੁਰਾ ਮੰਨ ਕੇ ਉਹ ਇਕੱਲਾ ਹੀ ਵਗ ਗਿਆ ਸੀ ਫਿਰ ਘਰੇ ਮੂੰਹ ਬਣਾ ਕੇ ਵਗ ਗਿਆ ਸੀ ਵੀ ਇਹਨੂੰ ਪੁੱਛਦੇ ਨੇ ਮੈਨੂੰ ਕੋਈ ਨਹੀਂ ਪੁੱਛਦਾ। ਤਨੂਆ ਜੀ ਦਾ ਤੁਸੀਂ ਨਾਮ ਲੈ ਰਹੇ ਹੋ ਬਲਵਿੰਦਰ ਦਾ ਇਹ ਉਹ ਜਿਮ 'ਚ ਨਾਲ ਹੁੰਦਾ ਸੀ ਹਾਂਜੀ ਹਾਂ ਵੀ ਕੰਟੈਂਟ ਨਾਲ ਇਹ ਵੀ ਟ੍ਰੇਨਰ ਸੀਗਾ ਨਹੀਂ 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 ਇਹ ਕੌਣ ਸੀਗਾ ਇਹ ਵੀ ਐਸੀ ਜਿਮ ਕਰਦਾ ਇਹ ਵੈਸੀ ਅੱਛਾ ਜਿਮ ਕਰਦਾ ਸੀਗਾ ਉਸ ਦਿਨ ਮੈਂ ਦੁਕਾਨ ਤੇ ਸੀ ਮੇਰੇ ਕੋਲੇ ਮੇਰਾ ਭਾਈ ਆਇਆ ਸੀ ਉਦੋਂ ਉਹ ਠੁੱਲੀ ਵੀ ਆਇਆ ਸੀ ਉਹਨੂੰ ਲੈ ਕੇ ਗਿਆ ਘੰਟਾ ਫਿਰ ਉਸ ਤੋਂ ਬਾਅਦ ਮੈਨੇ ਫੋਨ ਕਰਕੇ ਪੁੱਛਿਆ ਮੈਂ ਪ੍ਰੀਤੀ ਤੂੰ ਕਿੱਥੇ ਆ ਤੂੰ ਚਾਹ ਪੀਣੀ ਹੈ ਤੂੰ ਆਇਆ ਕਿਉਂ ਨਹੀਂ ਕਹਿੰਦਾ ਦੀਦੀ ਮੈਂ ਹੁਣ ਹੀ ਆ ਰਿਹਾ ਧਨੋਲੇ ਦੀ ਸਕੂਟਰੀ ਉਹਦੇ ਕੋਲ ਹੀ ਸੀਗੀ ਉਹਨੇ ਦਿੱਤੀ ਹੋਈ ਸੀਗੀ
ਫਿਰ ਉਸ ਤੋਂ ਬਾਦ ਓਥੇ ਮੈਂ ਤੂੰ ਜਿਮ ਨੀ ਜਾਣਾ, ਕਹਿੰਦਾ ਹਾਂ ਜਾ ਰਿਹਾ ਦੀਦੀ ਮੈਨੂੰ ਭੁੱਖ ਲੱਗੀ ਹੈ, ਮੈਨੇ ਓਹਨੂੰ ਚਾਹ ਬਣਾ ਕੇ ਦਿੱਤੀ ਦੁੱਧ ਵਾਲੀ, ਮੈਨੇ ਰਸ ਵੀ ਦਿੱਤੇ ਹੈਗੇ, ਫਿਰ ਉਹ ਚਲਾ ਗਿਆ ਉੱਥੇ। ਫਿਰ ਉਸ ਤੋਂ ਬਾਅਦ ਧਨੋਇਆ ਉਹਦੇ ਨਾਲ ਹੀ ਸੀਗਾ, ਧਨੋਇਆ ਥੋੜ੍ਹੀ ਦੇਰ ਵਾਸਤੇ ਉਹਨੂੰ ਉੱਥੇ ਜਿਮ ਖੜਾ ਕੇ, ਜਿਮ ਬੰਦ ਸੀਗਾ ਉੱਥੇ ਖੜਾ ਕੇ ਚਲਾ ਗਿਆ ਉਹ। ਉਹਨਾਂ ਨੇ ਉਦੋਂ ਹੀ ਫੋਨ ਕੀਤਾ ਧਨੋਲੇ ਨੇ, ਉਦੋਂ ਹੀ ਜਦੋਂ ਉਹ ਗਿਆ ਉਹਦੇ ਵਿੱਚ ਉਹਨੇ ਫੋਨ ਕਰਕੇ ਉਹਨਾਂ ਨੂੰ ਸੋਨੀ ਉਹਨਾਂ ਨੂੰ ਕਿਹਾ ਵੀ ਮੇਰੀ ਪਹਿਲਾਂ ਕਿਸੇ ਮੁੰਡੇ ਨੇ ਚੱਕਿਆ, ਫਿਰ ਕਹਿੰਦਾ ਤੂੰ ਮੇਰੀ ਸੋਨੀ ਨਾਲ ਗੱਲ ਕਰਾ, ਕਹਿੰਦਾ ਇਹਦਾ ਕੰਮ ਕਰ ਦੇ, ਮਾਰ ਮਾਰ ਕੇ ਇਹਦਾ ਮੂੰਹ ਤਾਂ ਕੱਢ ਦੇ, ਮਾਰ ਦੇ ਅੱਜ ਇਹਦਾ ਕੰਮ ਕਰ ਦੇ। ਮੇਨ ਕੌਣ ਕੌਣ ਆਰੋਪੀ ਨੇ ਜਿਹੜਾ ਤੁਸੀਂ? ਸੋਨੀ ਸੋਨੀ ਆ, ਬਲਵਿੰਦਰ ਧਨੋਇਆ, ਗੱਜਣ ਹੈ, ਠੀਕ ਹੈ। ਉਹ ਕਹਿੰਦਾ ਬੜੇ ਬੜੇ ਬੰਦੇ ਵੀ, ਸੋਨੀ ਆ, ਗੱਜਣ ਪਹਿਲਵਾਨ ਆ, ਹੈਰੀ ਆ। ਹੁਣ ਤੁਸੀਂ ਕੀ ਮੰਗ ਕਰਦੇ? ਮੈਂ ਮੰਗ ਕਰਦੀ ਆ ਉਹਨੂੰ ਫਾਂਸੀ ਦੀ ਸਜ਼ਾ ਹੋਵੇ, ਫਾਂਸੀ ਦੀ ਸਜ਼ਾ। ਮੇਰਾ ਭਾਈ ਇਸ ਦੁਨੀਆ 'ਚ ਅੱਜ ਰਿਹਾ ਨਹੀਂ, ਮੈਨੂੰ ਇਨਸਾਫ਼। ਤੁਹਾਡੀ ਕਦੋਂ ਗੱਲ ਹੋਈ ਤੁਹਾਡੇ ਭਰਾ ਨਾਲ? ਮੇਰੀ ਉਸੇ ਦਿਨ ਹੀ ਗੱਲ ਹੋਈ ਸੀਗੀ। ਮੁੜ ਕੇ ਕੋਈ ਗੱਲ ਨਹੀਂ? ਕੋਈ ਗੱਲ ਨਹੀਂ। ਕੱਲ ਮੈਂ ਮਿਲਣ ਗਈ ਆ, ਮੇਰੇ ਹਾਲ ਬਹੁਤ ਬੁਰੇ ਸੀਗੇ। ਮੈਂ ਇਹੀ ਚਾਹੁੰਦੀ ਆ ਸਾਰਿਆਂ ਨੂੰ ਫੜ ਕੇ ਮਾਰ ਕੁੱਟ ਉਹਦੀ ਵੀ ਕਰਨ, ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇਣ। ਇੱਥੇ ਮੈਂ ਕਹਿੰਦੀ ਹਾਂ ਬਾਹਰ ਫਿਰਨ ਨਾ ਦੇਣ, ਬਸ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ। ਜਿਵੇਂ ਮੇਰਾ ਜਵਾਨ ਭਾਈ ਗਿਆ ਨਾ, ਬਸ ਉਹਨਾਂ ਦਾ ਵੀ ਇਹੀ ਹੋਣਾ ਚਾਹੀਦਾ। ਮੇਰਾ ਪੁੱਤਰ ਨੂੰ ਧਨੋਆ ਲੈ ਕੇ ਗਿਆ ਮੇਰੇ ਘਰ ਤੋਂ, ਘਰੋਂ ਲੈ ਕੇ ਗਿਆ, ਇੱਥੋਂ ਲੈ ਕੇ ਗਿਆ, ਉਹ ਗਲੀ 'ਚ ਬਿਠਾ ਲਿਆ ਮੁੰਡੇ ਨੂੰ। ਮੈਂ ਪਿੱਛਾ ਕੀਤਾ, ਮੈਂ ਕਿੱਥੇ ਲੈ ਕੇ ਜਾ ਰਿਹਾ? ਕਹਿੰਦਾ ਜੀ ਮੇਰਾ ਮੁੰਡਾ ਜਿਹੜਾ ਹੈਗਾ ਇੱਥੋਂ ਫੋਨ ਕੀਤਾ, ਹਾਂ ਫੋਨ ਕੀਤਾ ਸੀ ਮੇਰੇ ਮੁੰਡੇ ਨੂੰ, ਤੂੰ ਬਾਹਰ ਆ ਜਾ। ਮੈਂ ਪਿੱਛੇ ਪਿੱਛੇ ਗਿਆ ਧਨੋਆ, ਮੈਂ ਕਿਹਾ ਧਨੋਏ ਤੂੰ ਘਰ ਤੱਕ ਨਹੀਂ ਆ ਸਕਿਆ? ਕਹਿੰਦਾ ਮੈਂ ਜਾ ਰਿਹਾ ਇਹਨੂੰ ਲੈ ਕੇ। ਮੈਂ ਕਿਹਾ ਮੇਰਾ ਮੁੰਡਾ ਘਰ ਛੱਡ ਕੇ ਜਾਈ? ਕਹਿੰਦਾ ਚੰਗਾ। ਰਾਤ ਨੂੰ ਫੋਨ ਕਰ ਦਿੱਤਾ, ਰਾਤ ਨੂੰ ਫੋਨ ਕੀਤਾ, ਉਹ ਵੀ ਕਿਸੇ ਦੇ ਕੋਲ ਕੀਤਾ, ਉਹਨੇ ਸਾਨੂੰ ਕੀਤਾ ਫੋਨ ਵੀ ਤੁਹਾਡਾ ਮੁੰਡਾ ਸੀਰੀਅਸ ਹੈਗਾ ਵਾ। ਜਦ ਅਸੀਂ ਗਏ ਹਸਪਤਾਲ, ਮੁੰਡਾ ਲਹੂ ਲੁਹਾਣ ਸੀਗਾ, ਅਤੇ ਮੈਂ ਮੈਡਮ ਨੂੰ ਕਿਹਾ ਪਰਚਾ ਕਿਉਂ ਨਹੀਂ ਕੱਟਿਆ? ਕਹਿੰਦੀ ਇਹ ਪਹਿਲਾਂ ਆਪਣੇ ਮੁੰਡੇ ਨੂੰ ਠੀਕ ਕਰੋ, ਇਹਨਾਂ ਨੇ ਐਕਸੀਡੈਂਟ ਦਾ ਕੇਸ ਬਣਾਇਆ ਜੋ ਕਿ ਰਜਿੰਦਰ ਸਿੰਘ ਦੇ ਸੈਨ ਹੈਗੇ ਨੇ। ਮੇਰੇ ਨਾਲ ਪਟਿਆਲੇ ਗਏ ਰਜਿੰਦਰਾ ਹਸਪਤਾਲ, ਜਦ ਰਜਿੰਦਰਾ ਹਸਪਤਾਲ ਅਸੀਂ ਗਏ ਆਪਣਾ ਰਜਿੰਦਰਾ 'ਚ, ਮੈਨੂੰ ਕਹਿੰਦਾ ਧਨੋਇਆ ਅਤੇ ਇੱਕ ਮੁੰਡਾ ਇਹਦੇ ਨਾਲ ਸੀਗਾ ਭਾਰੀ ਜਿਹਾ ਰਜਿੰਦਰ, ਇਹ ਕਹਿੰਦਾ ਆਂਟੀ ਤੁਸੀਂ ਪਰਚਾ ਨਾ ਕਟਾਈਓ। ਮੈਂ ਇਹਦੇ ਦੋਸਤ ਸੀ ਤੁਹਾਡੇ ਬੇਟੇ ਦੇ? ਮੇਰੇ ਬੇਟੇ ਨਾਲ ਖਾਂਦਾ ਪੀਂਦਾ ਸੀ ਇਕੱਠਾ। ਮੇਰੇ ਬੇਟੇ ਨੇ ਇੱਕ ਗੱਲ ਕਹੀ ਸੀਗੀ, ਮੈਨੂੰ ਕਹਿੰਦਾ ਆਂਟੀ ਤੇਰੇ ਇੱਕ ਮਿੰਟ ਮੈਨੂੰ ਗੱਲ ਕਰ ਲੈਣ। ਮੇਰਾ ਬੇਟਾ ਜਿਹੜਾ ਸੀਗਾ ਬੋਡੀ ਫਿਲਟਰ ਸੀ, ਸੋਹਣਾ ਸੁਨੱਖਾ ਸੀ, ਕਹਿੰਦਾ ਤੈਨੂੰ ਸਾਰੇ ਪਿਆਰ ਕਰਦੇ ਜਿੱਥੇ ਜਾਂਦਾ ਹਰਪ੍ਰੀਤ, ਮੈਨੂੰ ਕੋਈ ਕਿਉਂ ਨਹੀਂ ਪਿਆਰ ਕੀਤਾ? ਉਹ ਮੱਚਦਾ ਸੀਗਾ, ਮੇਰੇ ਬੇਟੇ ਨੂੰ ਉਸੇ ਨੇ ਮਾਰਿਆ। ਕਾਤਲ ਉਹ ਹੈ, ਉਸੇ ਨੇ ਬੰਦਿਆਂ ਨੂੰ ਬੁਲਾਇਆ। ਬਲਵਿੰਦਰ ਧਨੋਏ ਨੇ ਫੋਨ ਕੀਤਾ ਸਾਰੇ ਬੰਦਿਆਂ ਨੂੰ, ਪ੍ਰੀਤੀ ਨੂੰ ਮਾਰ ਦਿਓ, ਮੇਨ ਬੰਦਾ ਇਹਨੂੰ ਫੜਿਆ ਜਾਵੇ ਸਰ। ਗੱਜਣ ਪਹਿਲਵਾਨ ਹੈਗਾ ਵਾ, ਸੋਨੀ ਹੈਗਾ, ਬਲਵਿੰਦਰ ਧਨੋਇਆ ਹੈ, ਹੈਰੀ ਹੈ, ਔਰ ਸਿਕੰਦਰ ਹੈ, ਰਜਿੰਦਰ ਹੈ, ਅਣਪਛਾਤੇ ਬੰਦੇ। ਮੈਨੂੰ ਸਾਨੂੰ ਖਤਰਾ ਹੈ, ਕਦੇ ਵੀ ਮੇਰੇ ਪਰਿਵਾਰ ਦਾ ਨੁਕਸਾਨ ਕਰਾ ਸਕਦਾ ਹੈ। ਕੱਲ ਮੇਰੇ ਬੱਚੇ ਦੇ ਪਿੱਛੇ ਗੱਡੀ ਲਵਾਈ ਹੈ, ਦੋ ਗੱਡੀਆਂ ਮੇਰੇ ਬੱਚੇ ਪਿੱਛੇ ਲੈ ਗੱਡੀ ਲਾਈ ਸੀ। ਹਾਂਜੀ ਮੁੰਡਿਆਂ ਨੇ। ਜਿਹੜੇ ਮੁੰਡੇ ਦੀ ਡੈਥ ਹੋਈ ਆ, ਕੀ ਕਾਰਨ ਨੇ ਜੀ, ਕਿਸ ਦੇ ਨਾਲ ਉਹਦੀ ਲੜਾਈ ਹੋਈ ਸੀ ਕੁਝ? ਹਾਂਜੀ, ਇਹ ਹਫ ਤੱਕ ਪਹਿਲਾਂ ਲੜਾਈ ਝਗੜਾ ਹੋਇਆ ਸੀਗਾ ਇਹ ਲੜਕੇ ਦਾ, ਹਰਪ੍ਰੀਤ ਸਿੰਘ ਦਾ, ਔਰ ਇਹਨੂੰ 5-6 ਜਣੇ ਨੇ ਲੜ ਕੇ ਇੱਥੇ ਕੁੱਟਿਆ ਸੀਗਾ।
ਸੱਟਾਂ ਲੱਗੀਆਂ ਸੀਗੀਆਂ, ਕਾਫੀ ਸੱਟਾਂ ਲੱਗੀਆਂ ਸੀ ਅਤੇ ਅਮਰ ਹੋਸਪਿਟਲ ਜਿਹੜਾ ਹੈਗਾ ਜੀਰੇ ਇਲਾਜ ਸੀਗਾ ਇਹ। ਤਾਂ ਉਹਦੀ ਮਦਰ ਦੇ ਬਿਆਨ 'ਤੇ ਅਸੀਂ ਜਿਹੜਾ ਹੈਗਾ 6 ਬੰਦਿਆਂ ਦੇ ਖਿਲਾਫ 307 ਦੇ ਅਧੀਨ ਜਿਹੜਾ ਪਰਚਾ ਦਰਜ ਕੀਤਾ ਸੀਗਾ ਔਰ ਉਹਦੀ ਕੱਲ੍ਹ ਡੈਥ ਹੋ ਗਈ ਹੈ, ਜਿਹਦੇ ਵਿੱਚ ਅਸੀਂ ਧਾਰਾ 302 ਦਾ ਵਾਧਾ ਕੀਤਾ ਅਤੇ ਫਰਦਰ ਇਹਦੀ ਤਫਤੀਸ਼ ਕਰ ਰਹੇ ਹਾਂ। ਕਾਰਨ ਪਤਾ ਲੱਗਿਆ ਕਿ ਲੜਾਈ ਦਾ? ਅਤੇ ਫਿਲਹਾਲ ਕੋਈ ਕਾਰਨ ਦਾ ਪਤਾ ਨਹੀਂ ਲੱਗਿਆ ਹੈਗਾ ਜੀ, ਕਿਉਂਕਿ ਜਿਹੜਾ ਲੜਕਾ ਹੈ ਉਹ ਲੜਾਈ ਝਗੜੇ ਤੋਂ ਬਾਅਦ ਸੱਟਾਂ ਲੱਗਣ ਤੋਂ ਬਾਅਦ ਉਦੋਂ ਤੋਂ ਹੀ ਕੌਮਾ 'ਚ ਸੀਗਾ ਅਤੇ ਦੋਸ਼ੀਆਂ ਦੀ ਜਿਹੜੀ ਅਰੈਸਟ ਹੈ ਉਦੋਂ ਬਾਅਦ ਫਰਦਰ ਤਫਤੀਸ਼ ਤੋਂ ਬਾਅਦ ਜਿਹੜਾ ਹੈਗਾ ਕਾਰਨਾਂ ਦਾ ਪਤਾ ਲੱਗੂ ਕਿ ਕੀ ਕਾਰਨ ਕਰਕੇ ਜਿਹੜਾ ਝਗੜਾ ਹੋਇਆ ਅਤੇ ਉਹਦੀ ਕੁੱਟਮਾਰ ਕੀਤੀ ਗਈ ਹੈ। ਇਹ ਕੰਮ ਕੀ ਕਰਦਾ ਸੀ ਜੀ ਲੜਕਾ? ਕੰਮ ਕਾਰ ਤਾਂ ਜਿਵੇਂ ਪਰਿਵਾਰ ਦੇ ਕਹਿਣ ਅਨੁਸਾਰ ਮਤਲਬ ਘਰ ਹੀ ਸੀਗਾ ਜਾਂ ਜਿੰਮ ਵਗੈਰਾ ਲਾਉਂਦਾ ਸੀ, ਜਿੰਮ ਦੀ ਟ੍ਰੇਨਿੰਗ ਦਿੰਦਾ ਸੀਗਾ ਇਹ। ਇਹ ਹੁਣ ਕਿਹਨਾਂ ਕਿਹਨਾਂ ਦੇ ਖਿਲਾਫ ਜਿਹੜਾ ਪਹਿਲਾਂ ਮਾਮਲਾ ਦਰਜ ਕੀਤਾ ਗਿਆ ਸੀਗਾ ਜੀ? ਇਹਦੇ ਵਿੱਚ 5-6 ਬੰਦੇ ਨੇ ਜੀ, ਬਲਵਿੰਦਰ ਧਨੋਆ ਨਾਮ ਦਾ ਵਿਅਕਤੀ ਹੈ, ਸਿਕੰਦਰ ਹੈਗਾ, ਇੱਕ ਮੁੰਡਾ ਠੁੱਲੀ ਹੈ, ਹੈਰੀ ਹੈਗਾ, ਦੋ ਮੁੰਡੇ ਮਤਲਬ ਇੱਕ ਸੋਨੀ ਨਾਂ ਦਾ ਮੁੰਡਾ, ਖੇੜੀ ਗੌੜੀਆਂ ਬੰਦੇ ਹੈਗੇ ਨੇ। ਹਾਂਜੀ, ਇਹ ਲੜਾਈ ਕਿੱਥੇ ਹੋਈ ਸੀ? ਇਹ ਆਪਣੇ ਪਾਰਵਤੀ ਖੋਖੇ ਦੇ ਨਜ਼ਦੀਕ ਹੋਈ ਹੈ ਲੜਾਈ। ਡੈਥ ਕੱਲ੍ਹ ਹੋਈ ਹੈ ਜੀ, 4 ਵਜੇ ਦੇ ਕਰੀਬ ਸਾਨੂੰ ਜਿਹੜਾ ਹੈਗਾ ਮੈਸੇਜ ਆਇਆ ਉੱਥੋਂ ਹੋਸਪਿਟਲ ਤੋਂ ਵੀ ਡੈਥ ਹੋ ਗਈ ਹੈ। ਗ੍ਰਿਫਤਾਰੀ ਲਈ ਰੇਡਾਂ ਕੱਲ੍ਹ ਤੋਂ ਹੀ ਜੀ ਜਾਰੀ ਨੇ ਅਤੇ ਟੀਮਾਂ ਬਣਾ ਕੇ ਵੱਖ ਵੱਖ ਟੀਮਾਂ ਬਣਾ ਕੇ ਅਸੀਂ ਭੇਜੀਆਂ ਹੋਈਆਂ ਨੇ, ਜਲਦੀ ਹੀ ਜਿਹੜੇ ਦੋਸ਼ੀ ਸਾਰੇ ਜਿਹੜੇ ਅਰੈਸਟ ਕਰ ਪਹੁੰਚਣਗੇ। ਕੁੱਲ ਕਿੰਨੇ ਸੀਗੇ ਇਹ 'ਚ ਅਕਿਊਜ਼ਡ ਜਿਹੜੇ ਸੀਗੇ ਪਰਸਨ? ਅਕਿਊਜ਼ਡ ਬਾਏ ਨੇਮ ਜਿਹੜੇ ਹੈਗੇ ਨੇ 5 ਪਰਸਨ ਨੇ ਜੀ ਇਹਦੇ ਵਿੱਚ।